ਬੱਚਿਆਂ ਨੇ ਖੇਡਣਾ ਹੈ ਜਾਂ ਵਾਕ ਕਰਦੇ ਹੋਏ ਲੋਕਾਂ ਨੇ ਰੈਸਟ ਕਰਨਾ ਹੈ ਕਿਸੇ ਤਰ੍ਹਾਂ ਦੀ ਵੀ ਸਹੂਲਤ ਜਿਹੜੀ ਸਾਡੇ ਇਸ ਪਿੰਡ ਦੇ ਵਿੱਚ ਖੇਡਾਂ ਦੇ ਨਾਲ ਜੁੜੀ ਹੋਈ ਸੀ ਉਹ ਅਸੀਂ ਸਹੂਲਤ ਇਸੇ ਪਿੰਡ ਕਾਕੜ ਦੇ ਵਿੱਚ ਇਸ ਪਾਰਕ ਦੇ ਰਾਹੀਂ ਦਿੱਤੀ ਹੈ ਔਰ ਅੱਜ ਅਸੀਂ ਇਹਨੂੰ ਨੈਸ਼ਨਲ ਸਪੋਰਟਸ ਡੇ ਵਾਲੇ ਦਿਨ ਇਹਨਾਂ ਲੋਕਾਂ ਨੂੰ ਇਸ ਪਾਰਕ ਨੂੰ ਲੋਕਾਂ ਨੂੰ ਸਮਰਪਿਤ ਸਰ ਜਿਵੇਂ ਗੱਲ ਕਰਦੇ ਹਾਂ ਪੀਟੀ ਅਧਿਆਪਕਾਂ ਦੀ ਬੀਆਰ ਜੱਟ ਪਾਸ ਅਧਿਆਪਕਾਂ ਦੀ ਜਗ੍ਹਾ ਜਗ੍ਹਾ ਤੇ ਵਿਰੋਧ ਹੋ ਰਿਹਾ ਹੈ ਉਹਨਾਂ ਦਾ ਕੀ ਹੈ ਗੱਲ ਦੱਸੋ ਕਿਉਂਕਿ ਕੁਝ ਨਹੀਂ ਆਉਂਦੇ ਆ ਪੁਲਿਸ ਕੁੱਟਾਪਾ ਕਰਕੇ ਗੱਡੀ 'ਚ ਬਿਠਾ ਕੇ ਲੈ ਜਾਂਦੀ ਨਹੀਂ ਕੋਈ ਕਿਸੇ ਦਾ ਕੋਈ ਕੁੱਟਾਪਾ ਨਹੀਂ ਕਰਦੀ ਪੁਲਿਸ ਗੱਲ ਇਹ ਹੈ ਕਿ ਜਿੰਨੀਆਂ ਪੋਸਟਾਂ ਕਿਸੇ ਵੀ ਵਰਗ ਦੀਆਂ ਕਿਸੇ ਵੀ ਛੋਟੇ ਭੈਣ ਭਰਾ ਦੀ ਜਿਹੜੀ ਕੈਟਾਗਰੀ ਹੈ ਜਿੰਨੀਆਂ ਪੋਸਟਾਂ ਮਨਜ਼ੂਰ ਹੋਈਆਂ ਸਾਰੀਆਂ ਪੋਸਟਾਂ ਅਸੀਂ ਪਬਲਿਕ ਡੋਮੇਨ ਦੇ ਵਿੱਚ ਐਡਵਰਟਾਈਜ਼ ਕਰਤੀਆਂ ਜਿਹੜੀਆਂ ਜਿੰਨੀ ਮੈਨੂੰ ਸਾਨੂੰ ਮਨਜ਼ੂਰੀ ਫਾਈਨੈਂਸ ਡਿਪਾਰਟਮੈਂਟ ਤੋਂ ਮਿਲੀ ਹੈ ਮੈਂ ਉਹਨਾਂ ਦੀ ਅਸੀਂ ਦੇ ਚੁੱਕੇ 20,000 ਪੋਸਟਾਂ ਆਲਰੇਡੀ ਪਬਲਿਕ ਡੋਮੇਨ 'ਚ ਵੱਖ ਵੱਖ ਕੈਟਾਗਰੀ ਵਾਸਤੇ ਆ ਚੁੱਕੀ ਹੈ ਅਤੇ ਜਿੱਥੇ ਤੱਕ ਗੱਲ ਹੈਗੀ ਹੈ ਕਿ ਕੋਈ ਹੋਰ ਸਾਥੀ ਹੋਰ ਪੋਸਟਾਂ ਹੋਰ ਵਰਗ ਦੀਆਂ ਮੰਗਦੇ ਹਨ ਜਦੋਂ ਮਨਜ਼ੂਰੀ ਮਿਲੂਗੀ ਅਸੀਂ ਐਡਵਰਟਾਈਜ਼ ਕਰਦਾ ਸਿੰਗਲਾ ਸਾਹਿਬ ਜਿਵੇਂ ਗੱਲ ਕਰਦੇ ਕਿ ਸਰਕਾਰ ਦੇ ਤਕਰੀਬਨ 5 ਮਹੀਨੇ ਬਾਅਦ ਇਲੈਕਸ਼ਨਾਂ ਹੋਣੀਆਂ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਕਿ ਜਿਹੜੀਆਂ ਪੋਸਟਾਂ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰ ਨੇ ਆਪਦਾ ਵਿਰੋਧ ਹੈ ਜਿਹੜਾ ਖਤਮ ਕੀਤਾ ਜਾਣਾ ਹੁੰਦਾ ਅਤੇ ਪਰ ਜਿਹੜੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਫਿਰਦੇ ਆ ਕਿ ਇਹ ਇਹਨਾਂ ਨੂੰ ਪੋਸਟਾਂ ਨਹੀਂ ਮਿਲਣਗੀਆਂ लेकिन कैटेगरी दे विदिन कैटेगरी कई बार लोग कहते हैं कि इहदे च हले सोध करो इहदे च आ सोध करो या जिहड़ी 264 दी असीं नवीं भर्ती कीती ਉਹਦੇ 'ਚ ਕੁਛ ਬੱਚੇ ਕੋਰਟ 'ਚ ਚਲੇ ਗਏ ਕਿ ਇਹਨਾਂ ਦੀ ਜੁਆਇਨਿੰਗ ਨਾ ਹੋਵੇ ਸੋ ਜਿੱਥੇ ਤੱਕ ਸਰਕਾਰ ਦੀ ਗੱਲ ਹੈ ਪੈਸੇ ਦੀ ਮਨਜ਼ੂਰੀ ਦੀ ਗੱਲ ਹੈ ਪੋਸਟਾਂ ਦੀ ਸੈਂਕਸ਼ਨ ਦੀ ਗੱਲ ਹੈ ਮੈਂ ਸਾਰੇ ਬੱਚਿਆਂ ਨੂੰ ਕਿਹਾ ਕਿ ਜੇ ਕੋਰਟ 'ਚੋਂ ਕੋਈ ਗੱਲ ਦੇ ਉੱਪਰ ਕੋਈ ਸਾਥੀ ਸਟੇਅ ਨਹੀਂ ਲੈਂਦਾ ਤਾਂ 31 ਮਾਰਚ 2022 ਤੱਕ ਜਿੰਨੀਆਂ ਪੋਸਟਾਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ 'ਚ ਕਿਸੇ ਵੀ ਕੈਡਰ ਦੀਆਂ ਖਾਲੀ ਹੋਈ ਹੋਣਗੀਆਂ ਜਾਂ ਖਾਲੀ ਹੋ ਰਹੀਆਂ ਉਹ ਸਾਰਿਆਂ ਦੀ ਐਡਵਰਟਾਈਜ਼ਮੈਂਟ ਅਸੀਂ ਕੱਢ ਰਹੇ ਹਾਂ ਕੁਛ ਨਿਕਲ ਚੁੱਕੀ ਕੁਛ ਹੋਰ ਆ ਜੂਗੀ ਔਰ ਸਾਰੀ ਭਰਤੀ ਨੂੰ ਅਸੀਂ 15 ਅਕਤੂਬਰ ਤੋਂ ਪਹਿਲਾਂ ਮੁਕੰਮਲ ਕਰਾਂਗੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜੌਬ ਦੇ ਸਕੀਏ ਹੁਣ ਜੇ ਕੋਈ ਬੱਚੇ ਵਿਦ ਇਨ ਦੇ ਗਰੁੱਪ ਜਾ ਕੇ ਕੋਈ ਬੰਦਾ ਸਟੇ ਲੈ ਲੈਂਦਾ ਕੋਰਟ 'ਚ ਕੋਰਟ ਦੇ ਤੋਂ ਤਾਂ ਮੈਂ ਵੀ ਬਾਈਂਡਿੰਗ ਹੈ ਤਾਂ ਮੈਂ ਉਹਦੇ 'ਚ ਕੁਛ ਨਹੀਂ ਕਰ ਸਕਦਾ ਸਰ ਜਿਸ ਤਰ੍ਹਾਂ ਬੱਚਿਆਂ ਲੱਗਦਾ ਕਿ ਤੁਸੀਂ ਬੈਠ ਕੇ ਉਹਨਾਂ ਨਾਲ ਕੋਈ ਗੱਲਬਾਤ ਕਰੋ ਉਹਨਾਂ ਨੂੰ ਸਮਝਾਇਆ ਜਾਵੇ ਦੇਖੋ ਗੱਲ ਇਸ ਤਰ੍ਹਾਂ ਕਿ ਜਿੱਥੇ ਤੁਸੀਂ ਗੱਲਬਾਤ ਦੀ ਗੱਲ ਕਰਦੇ ਹੋ ਮੈਂ ਇਕੱਲੇ ਜਥੇਬੰਦੀ ਨਾਲ 40-40 ਵਾਰ ਮੀਟਿੰਗ ਕਰ ਚੁੱਕਿਆ ਅਤੇ ਮੈਂ ਆਪਣੇ ਵੱਲੋਂ ਜਿਹੜੀਆਂ ਮੇਰੀਆਂ ਲਿਮਿਟੇਸ਼ਨਸ ਹੈ ਮੈਂ ਉਹ ਵੀ ਦੱਸ ਸਕਦਾ ਅਤੇ ਜਿਹੜੀ ਚੀਜ਼ ਅਸੀਂ ਕਰ ਸਕਦੇ ਹਾਂ ਮੈਂ ਉਹ ਵੀ ਕਹਿ ਸਕਦਾ ਔਰ ਮੈਂ ਕਰ ਸਕਦਾ ਔਰ ਲਗਾਤਾਰ ਹਰ ਹਫ਼ਤੇ ਪੂਰੇ 25-30 ਜਥੇਬੰਦੀ ਹੈ ਅਤੇ ਹਰ ਹਫ਼ਤੇ ਮੈਂ 5-5, 7-7 ਜਥੇਬੰਦੀਆਂ ਨਾਲ ਰੈਗੂਲਰਲੀ ਮੁਲਾਕਾਤ ਕਰਦਾ ਜਦੋਂ ਵੀ ਕੋਈ ਧਰਨਾ ਲੱਗਦਾ ਕਦੇ ਕੋਈ DC ਸਾਹਿਬਾਨਾਂ ਵੱਲੋਂ ਜਾਂ SSP ਸਾਹਿਬਾਨਾਂ ਵੱਲੋਂ ਮੇਰੇ ਕੋਲ ਕਦੇ ਵੀ ਕੋਈ ਗੱਲ ਆਉਂਦੀ ਹੈ ਕਿ ਇਹਨਾਂ ਨੂੰ ਦੁਬਾਰਾ ਮਿਲ ਲਓ ਅਤੇ ਜਿਹੜੀਆਂ ਜਿੰਨੀ ਵਾਰ ਵੀ ਮੇਰੇ ਕੋਲ ਇਹਨਾਂ ਨਾਲ ਮੀਟਿੰਗਾਂ ਰੱਖੀਆਂ ਗਈਆਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਰੇ ਬੱਚਿਆਂ ਦੀ ਗੱਲ ਸੁਣਾ ਬਿਕੋਜ਼ ਮੇਰੇ ਛੋਟੇ ਭੈਣ ਭਰਾ ਹੈ ਸਾਰੇ ਅਸੀਂ ਚਾਹੁੰਦੇ ਹਾਂ ਜੇ ਮੈਂ 20,000 ਪੋਸਟਾਂ ਅਖਬਾਰ 'ਚ ਐਡਵਰਟਾਈਜ਼ ਕੀਤੀਆਂ ਹੋਈਆਂ ਤਾਂ ਇਹ ਬੱਚਿਆਂ ਵਾਸਤੇ ਕੀਤੀਆਂ ਹੋਈਆਂ ਤੋ ਲੇਕਿਨ ਜਦੋਂ ਇਹਨਾਂ ਦੀ ਆਪਸ ਦੇ ਵਿਦ ਇਨ ਦੇਅਰ ਓਨ ਕਾਡਰਸ ਇਨ ਵਿਦ ਇਨ ਦੇਅਰ ਓਨ ਗਰੁੱਪਸ ਜਦੋਂ ਵੱਖ ਵੱਖ ਗੱਲਾਂ ਹੋ ਜਾਂਦੀਆਂ ਤੇ ਕੋਰਟਾਂ 'ਚ ਚਲੇ ਜਾਂਦੇ ਆ ਜਾਂ ਜਿਹੜੇ ਬੱਚੇ ਉਸ ਕੈਟਾਗਰੀ 'ਚ ਨਹੀਂ ਫਾਲ ਕਰਦੇ ਉਹ ਚਾਹੁੰਦੇ ਆ ਕਿ ਉਹ ਪੋਸਟਾਂ 'ਚ ਹੋਰ ਰਾਹਤ ਦਿੱਤੀ ਜਾਵੇ ਹੁਣ ਜਿਹੜੇ ਬੱਚੇ ਓਵਰ ਏਜ ਹੋ ਰਹੇ ਆ ਉਹ ਬੱਚੇ ਚਾਹੁੰਦੇ ਵੀ 37 ਸਾਲ ਤੋਂ ਵੱਧ ਪੋਸਟਾਂ ਦੀ ਏਜ ਨੂੰ 42 ਸਾਲ ਕਰ ਦਿੱਤਾ ਜਾਵੇ ਹੁਣ ਜੇ ਅਸੀਂ 42 ਸਾਲ ਦੇ ਉੱਪਰ ਭਰਤੀ ਕਰਦੇ ਹਾਂ ਤਾਂ ਉਹ ਇਕੱਲੇ ਸਿੱਖਿਆ ਵਿਭਾਗ 'ਚ ਨਹੀਂ ਹੋ ਸਕਦੀ ਉਹਦੇ ਵਾਸਤੇ ਉਹ ਸਾਰੇ ਕਾਡਰ ਬਾਕੀ ਦੇ ਮਹਿਕਮਿਆਂ ਦੇ ਵਿੱਚ ਵੀ 42 ਸਾਲ ਤੋਂ ਅਸੀਂ ਭਰਤੀ ਦੀ ਰਿਲੈਕਸੇਸ਼ਨ ਮੰਗਦੇ ਸੋ ਇਸ ਕਰਕੇ ਕਈ ਵਾਰੀ ਕਈ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਰਕਾਰਾਂ ਨੂੰ ਮੰਨਣ ਵਾਸਤੇ ਪ੍ਰੋਬਲਮ ਹੁੰਦੀ ਹੈ ਪਰਸੋਨਲ ਡਿਪਾਰਟਮੈਂਟ ਇਨਵੋਲਵਡ ਹੈ ਫਾਈਨੈਂਸ ਡਿਪਾਰਟਮੈਂਟ ਇਨਵੋਲਵਡ ਹੈ ਬਾਕੀ ਸਾਰੇ ਡਿਪਾਰਟਮੈਂਟ ਇਨਵੋਲਵਡ ਹੈ ਇਟ ਇਜ਼ ਨਾਟ ਓਨਲੀ ਦ ਟੀਚਿੰਗ ਡਿਪਾਰਟਮੈਂਟ ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ
ਜਿੰਨੀ ਭਰਤੀ ਪਿਛੇ 3 ਸਾਲਾਂ ਦੇ ਵਿੱਚ 3.5 ਸਾਲ 4 ਸਾਲ ਦੇ ਵਿੱਚ ਸਿੱਖਿਆ ਵਿਭਾਗ 'ਚ ਹੋਈ ਹੈ ਜਾਂ ਜਿੰਨੀਆਂ ਪੋਸਟਾਂ ਅਸੀਂ ਐਡਵਰਟਾਈਜ਼ ਕੀਤੀਆਂ ਕੱਲਾ ਸਿੱਖਿਆ ਵਿਭਾਗ ਕੱਲਾ ਵਿਭਾਗ ਹੋਊਗਾ ਜਿਹਦੇ 'ਚ ਇੰਨੀ ਜ਼ਿਆਦਾ ਪੋਸਟਾਂ ਐਡਵਰਟਾਈਜ਼ ਹੋਈਆਂ ਸਾਡੇ ਨੌਜਵਾਨ ਬੱਚਿਆਂ ਦੇ ਰੋਜ਼ਗਾਰ ਵਾਸਤੇ।